ਵਾਹਿਗੁਰੂ ਜੀ। ਸੋਰਤ ਰਾਜਿੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭਰਿਆ ਹੁਕਮ ਨਾਲ ਇਸ ਦੇ ਚ ਮੂਲ ਖਿਆਲ ਹੈ ਜੋ ਅਧੂਰਾ ਹੈ ਉਸ ਨਾਲ ਜੁੜ ਕੇ ਅਸੀਂ ਪੂਰੇ ਨਹੀਂ ਹੋ ਸਕਦੇ, ਪੂਰੇ ਨਹੀਂ ਹੋ ਸਕਦੇ। ਅਤੇ ਮਨੁੱਖ ਦਾ ਮੂਲ ਦੁੱਖ ਕੀ ਹੈ? ਅਧੂਰਾ ਹੋਣਾ, ਅਧੂਰਾ ਹੋਣਾ ਅਖਰ ਦਾ, ਅਧੂਰਾ ਹੋਣਾ ਦੁਖਦਾਈ ਹੈ, ਅਧੂਰਾ ਹੋਣਾ ਸੰਤਾਪਗ੍ਰਸਤ ਹੈ, ਅਧੂਰਾ ਹੋਣਾ ਵਿਆਕੁਲਤਾ ਹੈ, ਬੇਚੈਨੀ ਹੈ, ਚਿੰਤਾ ਵੀ ਦੱਸਦੀ ਹੈ ਕੁਛ ਅਧੂਰਾ ਹੋਣਾ, ਵਿਆਕੁਲਤਾ ਵੀ ਦੱਸਦੀ ਹੈ ਅਧੂਰਾ ਹੋਣਾ, ਪਰੇਸ਼ਾਨੀਆਂ ਵੀ ਦੱਸਦੀਆਂ ਨੇ ਅਧੂਰਾ ਹੋਣਾ। ਇਸ ਅਧੂਰੇਪਨ ਮਨੁੱਖ ਪੂਰਾ ਕਰਦਾ ਹੈ ਬਾਹਰ, ਲੇਕਿਨ ਹੁੰਦਾ ਕੀ ਹੈ? ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮਨੁੱਖ ਨੂੰ ਪੂਰਾ ਕਰ ਸਕੇ। ਧਾਰਮਿਕ ਵਿਦਵਾਨਾਂ ਨੇ ਜੋ ਪੂਰਨਤਾ ਦੇ ਤਿੰਨ ਚਿੰਨ ਮੰਨੇ ਨੇ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਇਹ ਗੱਲ ਸਪਸ਼ਟ ਹੋ ਜਾਏਗੀ। ਉਹ ਕਹਿੰਦੇ ਨੇ ਇਹ ਤਿੰਨ ਸਾਧਨ ਜੋ ਜੁਟਾ ਲਵੇ ਉਹਨਾਂ ਨਾਲ ਪੂਰਨਤਾ ਹਾਸਲ ਕੀਤੀ ਜਾ ਸਕਦੀ। ਜਿਤਨਾ ਧਨ ਚਾਹੀਦਾ ਹੈ ਉਤਨਾ ਹੋਵੇ, ਫਿਰ ਪ੍ਰਭਤਾ ਹੋਵੇ, ਫਿਰ ਗਿਆਨ ਹੋਵੇ। ਗਿਆਨ ਦੇ ਨਾਲ, ਪ੍ਰਭਤਾ ਦੇ ਨਾਲ, ਧਨ ਸੰਪਦਾ ਦੇ ਨਾਲ ਮਨੁੱਖ ਪੂਰਾ ਹੋ ਜਾਵੇ, ਫਿਰ ਕੋਈ ਭਾਗ ਐਸਾ ਨਹੀਂ ਕਿ ਕਹੀਏ ਇਹ ਮਨੁੱਖ ਅਧੂਰਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਅਗਰ ਕਿਸੇ ਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ ਅਧੂਰ ਹੈ, ਕਿਸੇ ਨੂੰ ਚਿੰਤਾ ਹੈ ਅਧੂਰ ਹੈ, ਕੋਈ ਪਰੇਸ਼ਾਨ ਹੈ ਅਧੂਰ ਹੈ, ਕੋਈ ਮਾਨਸਿਕ ਤਣਾਅ ਦੇ ਚ ਹੈ ਅਧੂਰ ਹੈ, ਅਧੂਰਾਪਣ ਅਖਰਦਾ ਹੈ, ਅਧੂਰਾਪਣ ਬੋਝ ਹੈ, ਅਧੂਰਾਪਣ ਸਿਰ ਦਾ ਭਾਰ ਹੈ, ਇਹਨੂੰ ਚੁੱਕਣਾ ਬੜਾ ਔਖਾ। ਫਿਰ ਮਨੁੱਖ ਆਪਣਾ ਅਧੂਰਾਪਣ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਧੂਰੇ ਨਾਲ ਜੁੜ ਕੇ। ਅਧੂਰੇ ਨਾਲ ਜੁੜ ਕੇ ਕਿਸ ਤਰ੍ਹਾਂ ਪੂਰਾ ਹੋਵੇ, ਕਿਵੇਂ ਪੂਰਾ ਹੋਵੇ? ਇਹ ਜੋ ਤਿੰਨ ਨੁਕਤੇ ਵਿਦਵਾਨਾਂ ਨੇ ਪੇਸ਼ ਕੀਤੇ ਨੇ, ਕੁਬੇਰ ਜੈਸਾ ਧਨ ਹੋਵੇ, ਸੁਰਸਤੀ ਜੈਸਾ ਗਿਆਨ ਹੋਵੇ, ਸਿਕੰਦਰ ਜੈਸੀ ਪ੍ਰਭਤਾ ਹੋਵੇ, ਮਨੁੱਖ ਪੂਰਾ ਹੋ ਗਿਆ, ਪੂਰਾ ਹੋ ਗਿਆ। ਸਿਕੰਦਰ ਜੈਸੀ ਪ੍ਰਭਤਾ ਤੇ ਹੈ, ਸੁਰਸਤੀ ਜੈਸਾ ਗਿਆਨ ਨਹੀਂ। ਸੁਰਸਤੀ ਜੈਸਾ ਗਿਆਨ ਤੇ ਹੈ, ਕੁਬੇਰ ਜਿਤਨੀ ਧਨ ਸੰਪਦਾ ਨਹੀਂ ਹੈ। ਤੇ ਕੁਬੇਰ ਜਿਤਨੀ ਧਨ ਸੰਪਦਾ ਤੇ ਹੈ, ਸਿਕੰਦਰ ਆਜ਼ਮ ਜੈਸੀ ਪ੍ਰਗਤਾ ਨਹੀਂ। ਅਧੂਰਾਪਨ ਮਿਟ ਸਕਦਾ ਹੈ ਸਿਕੰਦਰ ਜੈਸੀ ਸ਼ਕਤੀ ਹੋਵੇ, ਸੁਰਸਤੀ ਜੈਸਾ ਗਿਆਨ ਹੋਵੇ, ਔਰ ਕੁਬੇਰ ਜੈਸੀ ਧਨ ਸੰਪਦਾ ਹੋਵੇ। ਭਾਰਤ ਦੇ ਕੁਝ ਚੋਟੀ ਦੇ ਵਿਦਵਾਨ ਐਸਾ ਕਹਿੰਦੇ ਨੇ, ਐਸਾ ਲਿਖਦੇ ਨੇ, ਜਿਹੜੇ ਧਾਰਮਿਕ ਵਿਦਵਾਨ ਨੇ, ਧਰਮ ਦੇ ਵੀ ਖੋਲ ਦਿੱਤਾ। ਬੈਰੂਨੀ ਤੌਰ 'ਤੇ ਇਹ ਚੀਜ਼ਾਂ ਦੇ ਮਿਲਦਿਆਂ ਮਨੁੱਖ
पूरा हो जाता। हुण मैं अर्ज करा गुरबाणी ऐसा नहीं मन, ऐसा नहीं मन। क्यों नहीं मनती? इसके जिहड़े मूल पहलू ने वो मैं थोड़े सामने रखा, पूरी एकाग्रता ते ध्यान नाल सुनना, शायद गल पकड़ दे चावे। शब्द की भाषा ते बड़ी सरल है, शब्द दे भाव बड़ा बिखम है, औख है। पार ब्रह्म निभाई पूरी, काई बात न रहिया पूरी, पूरी कमी। हुण कोई कमी नहीं, कोई पूरापण नहीं, पूरे ही पूरे, पूरे ही पूरे। ਉਹ ਜਿਹੜੇ ਤਿੰਨ ਨੁਕਤੇ ਪੂਰਨਤਾ ਦੇ ਮੰਨੇ ਗਏ ਨੇ ਉਹ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਬਹੁਤ ਹੀ ਧਨ ਸੰਪਦਾ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ, ਬੜਾ ਭਾਰੀ ਬੈਂਕ ਬੈਲੈਂਸ ਹੈ, ਘਰ ਵਿੱਚ ਬੜਾ ਸੋਨਾ ਚਾਂਦੀ ਹੈ, ਹੀਰੇ ਮੋਤੀ, ਬੜੀ ਧਨ ਸੰਪਦਾ। ਬਹੁਤਾ ਧਨ ਪ੍ਰਾਪਤ ਕਰ ਲੈਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਗਰੀਬੀ ਝਲਕਣ ਲੱਗ ਪੈਂਦੀ, ਅੰਦਰ ਦੀ ਗਰੀਬੀ ਸਾਹਮਣੇ ਆ ਜਾਂਦੀ। ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦਿੰਦੀ, ਕਿਉਂ? ਅਜੇ ਬਾਹਰੋਂ ਗਰੀਬ, ਅਜੇ ਬਾਹਰੋਂ ਰੋਟੀ ਦਾ ਮਸਲਾ ਨਹੀਂ ਹੱਲ ਹੋਇਆ, ਅਜੇ ਤੇ ਬਾਹਰੋਂ ਬੱਚਿਆਂ ਦੀ ਪੜ੍ਹਾਈ ਲਿਖਾਈ, ਮਕਾਨ, ਖਾਣ ਪਾਣ, ਕੱਪੜਾ ਲੱਤਾ, ਇਹਦਾ ਹੀ ਮਸਲਾ ਨਹੀਂ ਹੱਲ ਹੋਇਆ। ਇੱਕ ਗਰੀਬ ਮਨੁੱਖ ਨੂੰ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇ, ਨਹੀਂ ਦਿਖਾਈ, ਕਿਉਂ? ਬਾਹਰੋਂ ਗਰੀਬ ਹੈ, ਬਾਹਰੋਂ ਗਰੀਬ। ਅਗਰ ਇੱਕ ਗਰੀਬ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਦਿਖਾਈ ਦੇ ਰਹੀ ਹੈ, ਇਹ ਉਹਦੇ ਪੂਰਬਲੇ ਸੰਸਕਾਰ ਹੋਣਗੇ, ਇਹਦੀ ਪੂਰਬਲੀ ਕੋਈ ਤਪੱਸਿਆ ਹੋਵੇਗੀ, ਇਹਦੇ ਕੋਲ ਪੂਰਬਲੀ ਸਮਝ ਹੋਵੇਗੀ, ਵਰਨਾ ਐਸਾ ਹੁੰਦਾ ਨਹੀਂ, ਐਸਾ ਨਹੀਂ। ਇੱਕ ਚੋਟੀ ਦੇ ਧਨਵਾਨ ਮਨੁੱਖ ਨੂੰ ਵੀ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇ ਰਹੀ, ਇਹ ਸ਼ਾਇਦ ਮਨੁੱਖ ਨਹੀਂ ਹੋਵੇਗਾ, ਪਸ਼ੂ ਹੋਵੇਗਾ, ਜੜ ਬੁੱਧ ਹੋਵੇਗਾ, ਮਹਾਂਮੂਰਖ ਹੋਵੇ, ਮਹਾਂਮੂਰਖ। ਔਰ ਔਖੇ ਨਾ ਹੋਣਾ, ਮਾਫ਼ੀ ਮੈਂ ਪਹਿਲੇ ਮੰਗ ਲਵਾਂ, 90% ਚੋਟੀ ਦੇ ਧਨਵਾਨ ਮਹਾਂਮੂਰਖ ਹੀ, ਮਹਾਂਮੂਰਖ। ਕਾਰਨ ਉਹਨਾਂ ਦੀ ਸ਼ਕਤੀ, ਉਹਨਾਂ ਦੀ ਸਮਝ ਸਾਰੀ ਬਾਹਰ ਹੀ ਦੌੜਦੀ, ਬਾਹਰ, ਇਹ ਬਾਹਰ ਮੁਖੀ ਹੈ। ਇਹਨਾਂ ਦਾ ਅੰਦਰ ਦੀ ਦੁਨੀਆ ਨਾਲ ਕੋਈ ਮਤਲਬ ਨਹੀਂ। ਅਗਰ ਇਹ ਸਹੀ ਮਨੁੱਖ ਮੰਦਰ, ਮਸਜਿਦ, ਗੁਰਦੁਆਰੇ ਵੀ ਜਾਣਗੇ, ਕੋਈ ਧਾਰਮਿਕ ਸਾਧਨਾ ਵੀ ਕਰਨਗੇ, ਅਤੇ ਬਾਹਰ ਦੀ ਧਨ ਸੰਪਦਾ ਦੀ ਪ੍ਰਾਪਤੀ ਲਈ ਉਹਨਾਂ ਦੀ ਅੰਦਰ ਦੀ ਦੁਨੀਆ ਨਾਲ ਕੋਈ ਮਤਲਬ ਨਹੀਂ, ਕੁਛ ਵੀ ਮਤਲਬ। ਹੁਣ ਇਸ ਨੁਕਤੇ ਨੂੰ ਮੈਂ ਫਿਰ ਦੁਹਰਾਉਣ ਲੱਗਾ, ਕਿਉਂਕਿ ਤੁਸੀਂ ਰੋਜ਼ ਦੇ ਸਤਸੰਗੀ ਹੋ। ਔਰ ਐਸਾ ਆਖਿਆ ਜਾਂਦਾ ਹੈ, ਅੰਮ੍ਰਿਤਸਰ ਦੀ ਸੰਗਤ ਇਹਦੀ ਸਰੋਤ ਗਹਿਰੀ ਹੈ, ਭਾਵੇਂ ਸਾਰੀ ਦੁਨੀਆ 'ਚ ਮੇਰੀ ਨਿਗਾਹ 'ਚ 25-30 ਸ਼ਹਿਰ ਐਸੇ ਨੇ ਜਿੱਥੋਂ ਦੀਆਂ ਸੰਗਤਾਂ ਆਪਣੀ ਸਰੋਤ ਗਹਿਰੀ ਰੱਖਦੀ, ਗਹਿਰੀ ਰੱਖਦੀ। ਨਹੀਂ ਤਾਂ ਮੈਨੂੰ ਉਹ ਘਟਨਾ ਯਾਦ ਹੈ ਨਿਊਯਾਰਕ ਦੀ, ਇੱਕ ਸੱਜਣ ਮੇਰੇ ਕੋਲ ਆਇਆ, ਕਹਿੰਦੇ ਕਿ ਗਿਆਨੀ ਜੀ, ਤੁਹਾਡੀਆਂ ਖੁਸ਼ਕ ਗੱਲਾਂ, ਜਿਹੜਾ ਘੰਟਾ ਸਵਾ ਘੰਟਾ ਤੁਸੀਂ ਲਾਉਂਦੇ ਹੋ, ਸਾਡਾ ਸਿਰ ਥੱਕ ਜਾਂਦਾ, ਪਾਰਾ ਹੋ ਜਾਂਦਾ, ਕੁਝ ਮਜ਼ਾਕ ਵੀ ਸੁਣਾਇਆ ਕਰੋ, ਕੁਝ ਜੋਕ ਸੁਣਾਇਆ ਕਰੋ, ਕੋਈ ਹਾਸਰਸ ਮਨੋਰੰਜਨ ਕਰਿਆ ਕਰੋ,
ਤੁਸੀਂ ਸਤਸੰਗ ਦੇ ਚ ਆਏ ਹੋ ਕਿ ਕਿਸੇ ਥੀਏਟਰ ਦੇ ਚ ਆਏ ਕਿ ਤੁਸੀਂ ਮੈਨੂੰ ਗੁਰਬਾਣੀ ਦਾ ਕਥਾਵਾਚਕ ਸਮਝਿਆ ਜਾਂ ਮਸਖਰਾ ਸਮਝਿਆ ਜੋਕਰ ਸਮਝਿਆ ਜੋ ਤੁਹਾਨੂੰ ਜੋਕ ਸੁਣਾ ਜੇ ਤੁਸੀਂ ਜੋਕ ਹੀ ਸੁਣਨ ਆਏ ਮਨੋਰੰਜਨ तो एक गल स्पष्ट हो गई गलत थां ते आयो और जड़ बोलो मोटी गल कुछ भी कुछ भी और गजब दी गल वो यंग नहीं सी बुजुर्ग सी जिहड़ा मैनू इस तरह कह हैरानगी धुप दे ची दाड़ा चिट्टा गई बहुता धन प्राप्त करन दा एक लाभ है बड़ा भारी लाभ है कि अंदर की गरीबी दिखाई देन लग पैंदी अंदर की मुफलसी दिखाई देन लग एक सियाने मनुख नूं दिखाई देन लग पैंदी है ते इह भी पता चल जांदा है मैं जिंदगी का हर मसला धन नाल हल नहीं कर सकता नहीं कर सकता मैं जीवन की हर खुशी पैसे नाल नहीं ले सकता नहीं एक चोटी दे धनवान बंदे ने अंदर दी गरीबी दिखाई दे ये धन प्राप्ति का एक लाभ है एक गरीब मनुख नु अंदर दी गरीबी नहीं दिखाई देती क्यों अजे बाहरों गरीब है रहन नु चंगा मकान नहीं है खान नु भोजन नहीं है बच्चियां की लोड़ां की पूर्ति हो सके चंगा चौका धन नहीं है चंगा पहन सके धन नहीं अजे ते बाहरों गरीब ये बाहर की गरीबी इतना उलझा हुआ है इतना उलझा हुआ है कि अंदर जात मार ही नहीं सकता हुण सुन लेना अगर एक गरीब मनुख नु जैसे कबीर रविदास सदना सहन नाम दे एक गरीब मनुख नु जे किधरे अंदर दी गरीबी दिखाई देती है तो गल स्पष्ट हो गई इहदी कोई पूर्वली तपस्या होवेगी वरना इस तरह नहीं नहीं ये पूर्वला गया पिछला जन्म जिस ज्ञान जिस संस्कार विच खत्म होता है उसे संस्कार ते उसे ज्ञान नाल अगला जन्म शुरू होता है जिस मूर्खता क्रोध तृष्णा विच पिछला जन्म खत्म होता है उसे तृष्णा मूर्खता ते क्रोध विच अगला जन्म शुरू होता है कई बच्चे जन्म तो महाक्रोधी आते ने कई बच्चे जन्म तो महाशांतमई कई बच्चे जन्म तो महामूड़ आते ने कई बच्चे जन्म तो महास्याणे कई बच्चे जन्म तो बड़े संतोखी आते ने कई बच्चे जन्म तो ही बड़े तृष्णालु मैं रात को घर में सौ गया और जिन्हां जिन्हां चीज़ां नाल मेरा संबंध सी टुट गया मैनू नींद आ गई फिर मैं सवेरे जागया तो जिन्हां जिन्हां चीज़ां नाल सौ के संबंध टुट गया सी जाग के फिर जुड़ गए जिस तृष्णा क्रोध ते मूर्खता दे पिछली जिंदगी खत्म हुई सी उसे मूर्खता तृष्णा ते क्रोध दे अगली जिंदगी शुरू क्योंकि मौत भी एक नींद है ये नींद पिछले संबंध तोड़ देती है फिर जन्म आता है फिर पिछले संबंध जुड़ जाते हैं फिर जुड़ ज्ञान